ਇਹ ਹੈ ਜੀ, ਸਰਕਾਰੀ ਕਾਲਜ ਗੁਰਦਾਸਪੁਰ ਵੱਖ ਵੱਖ ਸਕੂਲਾਂ ਤੋਂ ਪਹੁੰਚੇ ਹੋਏ ਟੀਚਰ ਅਧਿਆਪਕ ਸਾਹਿਬਾਨ ਜਿਨ੍ਹਾਂ ਦੀ ਡਿਊਟੀ ਲੱਗੀ ਆ, ਅਤੇ ਬੱਚੇ ਆ ਰਹੇ ਆ ਜਿਨ੍ਹਾਂ ਨੇ ਤਿਆਰੀ ਕਰਨੀ ਆ। ਇਹ ਸਰਕਾਰੀ ਕਾਲਜ ਆ ਜੀ ਗੁਰਦਾਸਪੁਰ ਦਾ। ਇੱਧਰ ਗਰਾਊਂਡ 'ਚ ਹਾਕੀ ਗਰਾਊਂਡ 'ਚ ਤਿਆਰੀਆਂ ਹੋ ਰਹੀਆਂ ਵਾ ਹੋਰ ਨੇ ਸਕੂਲਾਂ ਦੇ ਬੱਚਿਆਂ ਦੀਆਂ। ਜਿਹੜੀ ਕਿ ਗਿੱਧੇ ਦੀਆਂ ਤਿਆਰੀਆਂ ਹੋ ਰਹੀਆਂ ਨੇ, ਕਿਉਂਕਿ 15 ਅਗਸਤ ਝੰਡਾ ਸੈਰੇਮਨੀ ਜਿਹੜੀ ਹੁਣ ਜਾ ਰਹੀ ਆ ਆਜ਼ਾਦੀ ਨੂੰ ਮੁੱਖ ਰੱਖ ਕੇ, ਉਹਦੀਆਂ ਤਿਆਰੀਆਂ ਕਰ ਰਹੇ ਨੇ। ਸਾਹਿਬ ਜਿੰਦਰ ਸਿੰਘ ਜੀ, ਆਪਾਂ ਬੱਚੇ ਲੈ ਕੇ ਇੱਥੇ ਪਹੁੰਚੇ ਹਾਂ। ਸਾਨੂੰ ਹੁਣ ਆਣ ਕੇ ਪਤਾ ਲੱਗਾ ਵੀ ਬੱਸ ਜਿਹੜੀ ਆ ਧਾਰੀਵਾਲ ਤੋਂ ਚੱਲਦੀ ਵੀ ਆ, ਅਤੇ ਬੱਚੇ ਆਪਾਂ ਬੱਸ 'ਤੇ ਬਿਠਾ ਸਕਦੇ ਹਾਂ। ਕੱਲ੍ਹ ਤੋਂ ਇਹ ਪ੍ਰੋਗਰਾਮ ਬਿਠਾਉਂਦੇ ਹਾਂ। ਅੱਜ ਦੇ ਬੱਚੇ ਆਪਾਂ ਨਾਲ ਲੈ ਕੇ ਆਏ ਹਾਂ, ਅਸੀਂ ਸਕੂਲ ਦੇ 5-6 ਬੱਚੇ ਲੈ ਕੇ ਆਏ ਹਾਂ। ਅੱਜ ਸਿਲੈਕਸ਼ਨ ਵੇਖੋ ਕਿੰਨੇ ਬੱਚਿਆਂ ਦੀ ਹੁੰਦੀ ਆ, ਜੋ ਵੀ ਹੁੰਦੇ ਤੁਹਾਨੂੰ ਅਸੀਂ ਅਪਡੇਟ ਕਰ ਦੇਵਾਂਗੇ ਕਿਸ ਸਕੂਲ ਦੇ ਵਿੱਚ ਕਿੱਦਾਂ ਦੀਆਂ ਤਿਆਰੀਆਂ ਹੁੰਦੀਆਂ ਵਾ, ਕਿਵੇਂ ਮਿਹਨਤਾਂ ਚੱਲ। ਇਹ ਛੋਟੇ ਬੱਚੇ ਆਏ ਆ ਯੋਗਾ, ਯੋਗਾ ਮਹਿਕਮਾ ਵੀ ਹੋਏਗਾ। ਭੰਗੜੇ ਦੀ ਲਾਈਨ ਅਪ ਹੋ ਰਹੀ ਆ ਅਤੇ ਸੈਟਿੰਗ ਜਿਹੜੀ ਆ ਕਰਨਗੇ ਵੀ ਕਿੱਦਾਂ ਕਿੱਦਾਂ ਬੰਦਿਆਂ ਨੇ ਤਿਆਰੀ ਕਰਨੀ ਆ। 9-9 ਦੀ ਲਾਈਨ ਲਾਈ ਜਾ ਰਹੀ ਹੈ ਫਿਲਹਾਲ, ਚੁੱਭ ਵੀ ਨਹੀਂ ਲੱਗਣ ਦੀ ਕਿਉਂਕਿ 2 ਦਿਨ ਮੀਂਹ ਆਇਆ ਪਹਿਲਾਂ। ਇੱਕ ਦੂਜੇ ਦੇ ਵਿੱਚ ਗਰੁੱਪ ਨਹੀਂ ਵੰਡਣਾ ਚਾਹੀਦਾ, ਸਮਝ ਆ ਗਈ?
ਫਿਰ ਜਾਣ ਕੇ ਬੈਕ ਜੀ।
ਪਾਸੇ ਮਗਰ ਤੇ ਕੱਢ ਰਹੇ ਬੱਚੇ ਜਿਹੜੇ ਜਿਹੜੇ ਐਕਸਪਰਟ ਆ ਉਹਨਾਂ ਨੂੰ ਵੱਖਰਾ ਕਰ ਲਿਆ, ਜਿਹੜੇ ਘੱਟ ਐਕਸਪਰਟ ਆ ਉਹ ਵੱਖਰੇ ਕਰ ਰਹੇ, ਜਿਹੜੇ ਬਿਲਕੁਲ ਹੀ ਡਾਊਨ ਆ ਵੱਖਰੇ ਕਰ ਲਏ ਆ, ਪ੍ਰੈਕਟਿਸ ਕਰਾ ਰਹੇ ਆ। ਇਹਨਾਂ ਨੂੰ ਮੈਂ ਵੇਖਿਆ, ਮੈਂ ਆਪਣਾ ਕਾਲਜ ਹੀ ਵੇਖਾਵਾਂ ਜਿੱਥੇ ਕਦੇ ਅਸੀਂ BSc ਮੈਡੀਕਲ ਦੇ ਵਿਦਿਆਰਥੀ ਰਹੇ ਹਾਂ। ਇਹਨਾਂ ਗਰਾਊਂਡਾਂ 'ਚ ਅਸੀਂ ਕ੍ਰਿਕਟ ਖੇਡਦੇ ਹੁੰਦੇ ਹਾਂ ਹਰ ਸ਼ਨੀਵਾਰ ਸ਼ਨੀਵਾਰ, ਇੱਕ ਬੰਨੇ ਮੈਡੀਕਲ ਵਾਲੇ, ਇੱਕ ਬੰਨੇ ਨੋਨ ਮੈਡੀਕਲ ਵਾਲੇ। ਪੁਰਾਣੀਆਂ ਗੱਲਾਂ ਹੋ ਗਈਆਂ ਜੀ, 25 ਸਾਲ ਹੋ ਗਏ ਆ, 25 ਸਾਲ ਕਹਿੰਦੇ ਆ, 23 ਸਾਲ 23 ਸਾਲ ਪਹਿਲਾਂ ਇੱਥੇ ਅਸੀਂ ਪੜ੍ਹਦੇ ਰਹੇ ਹਾਂ ਜੀ। ਇੱਕ ਵਾਰੀ ਗੇੜਾ ਆਪਣੇ ਸਰਕਾਰੀ ਕਾਲਜ ਗੁਰਦਾਸਪੁਰ ਦਾ, ਜਿਹੜਾ ਕਿ 1954 ਵਿੱਚ ਬਣਿਆ ਵਾ ਇਹਦੀ ਬਿਲਡਿੰਗ, ਬਾਅਦ 'ਚ ਇੱਥੇ ਸਟੇਡੀਅਮ ਡਿਵੈਲਪ ਕਰਤਾ ਗਿਆ ਵਾ, ਨਾਈਟ ਮੈਚ ਇੱਥੇ ਲੱਗਦੇ ਆ, 15 ਅਗਸਤ 26 ਜਨਵਰੀ ਜਾਂ ਕੋਈ ਵੀ ਸਰਕਾਰੀ ਪ੍ਰੋਗਰਾਮ ਹੈ ਇੱਥੇ ਕਰਾਏ ਜਾਂਦੇ ਆ ਜੀ। ਇਹ ਫੁੱਟਬਾਲ ਗਰਾਊਂਡ ਆ, ਇਹ ਬੂਟੀ ਥੋੜ੍ਹੀ ਹੋ ਗਈ ਤਾਂ ਕਿਉਂਕਿ ਮਹੀਨੇ ਚੱਲਣ ਡੇ ਬਰਸਾਤਾਂ ਦੇ, ਬਰਸਾਤਾਂ 'ਚ ਥੋੜ੍ਹੀ ਜਿਹੀ ਨੀਡ ਪੈ ਜਾਂਦੀ ਆ ਕਟਾਈਆਂ ਦੀ। ਅੱਜ ਵੀ ਬਰਸਾਤਾਂ 15-20 ਦਿਨ ਹੈਗੀਆਂ ਵਾ, ਉਹ ਤੋਂ ਬਾਅਦ 'ਚ ਫਿਰ ਇਹਨਾਂ ਨੇ ਸਫਾਈ ਕਰ ਦੇਣੀ ਆ। ਕੁਝ ਸੈਰ ਕਰਨ ਤੋਂ ਬਾਅਦ ਜੀ ਫਿਰ ਆਪਾਂ ਜੁੜਨ ਲੱਗੇ ਹਾਂ ਆਪਣੀ ਰਿਹਾਸਾ ਦੇ ਨਾਲ। ਆ ਕਿੰਨਾ ਸੋਹਣਾ ਲੱਗਦਾ ਵਾ, ਖੂਬਸੂਰਤ ਜਦੋਂ ਕੁਦਰਤੀ ਹਰਿਆਵਲ ਖਿੜਦੀ ਹੈ ਨਾ, ਸਾਰੇ ਰੰਗ ਪਿਛੇ ਰਹਿ ਜਾਂਦੇ ਆ। ਸੰਪੂਰਨ ਕਿਉਂਕਿ ਗਰਮੀ ਆ, ਉਹਦੇ ਕਰਕੇ ਬਹੁਤ ਸਮਾਂ ਵੀ ਨਹੀਂ ਲਾਇਆ ਜਾ ਸਕਦਾ, ਪਰ ਜਿੰਨਾ ਚਾਹੀਦਾ ਉਨਾ ਲਾ ਲਿਆ ਗਿਆ। ਮਿਲਦੇ ਹਾਂ ਜੀ, ਮਿਲਦੇ ਕੱਲ੍ਹ ਇਸੇ ਟਾਈਮ ਹੀ ਫਿਰ। ਲਓ ਜੀ, ਸਾਡੀਆਂ ਤਿਆਰੀਆਂ ਮੁੱਕ ਗਈਆਂ, ਹੁਣ ਤਿਆਰੀਆਂ ਚੱਲਣ ਦੀਆਂ ਵਾ ਗਿੱਧਿਆਂ ਦੀਆਂ ਅਤੇ ਹੋਰ ਆਈਟਮਾਂ ਜਿਹੜੀਆਂ ਵਾ ਉਹ ਚੱਲ ਰਹੀਆਂ ਵਾ। ਚਲੋ ਜੀ, ਬਾਕੀ ਕੱਲ ਮਿਲਦੇ ਆ ਜੀ, ਬੱਚੇ ਆਪਣੇ ਲੈ ਕੇ ਇੱਥੋਂ ਨਿਕਲੀਏ। ਬਾਕੀ ਮੈਂ ਮੁੰਡੇ ਨਾਲ ਮੈਂ ਛੱਡ ਆਵਾਂ ਨਾਲ ਉਹਨੂੰ।